ਗੁਰੂ ਜੀ ਨੂੰ ਸਮਝਾਉਣ, ਦੇਖੋ ਮਾਤਾ ਦੇ ਉਦਰ ਵਿੱਚ ਤੁਸੀਂ ਕਿਹੋ ਜਿਹੇ ਵਾਅਦੇ ਕੀਤੇ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨਾ ਸਾ ਸਾ ਸਿਮੰਤ ਨਾਨਕ ਮਹਾ ਅਗਨਾ ਵਿਨਾਸ਼ ਨੂੰ ਸਿਰ ਤਲੇ ਪੈਰ ਉਪਰੇ ਪਸੰਦੋਕ ਹੱਥੇ ਥਾਏ ਨਾਨਕ ਸੋ ਧਣੀ ਕਿਉਂ ਸਾਰੇ ਉਧਰੋ ਜਿਸ ਦੇ ਨਾ ਹੈ। ਨੌ ਦਸ ਮਹੀਨੇ ਕੈਸੇ ਗੰਦੇ ਪਾਣੀ ਦੀ ਤੇਰੀ ਬਨਾਵਟ, ਕਿਸੇ ਜੇ ਗੰਦ ਮੰਦ ਵਿੱਚ ਤੇਰਾ ਨੌ ਦਸ ਮਹੀਨੇ ਵਾਸਾ, ਮਾਤਾ ਦੇ ਗੰਦੇ ਵਿੱਚ ਦੇ ਤੇਰਾ ਸਰਾਣਾ ਲੱਗਿਆ ਉੱਥੇ, ਗੰਦਗੀ ਦੇ ਵਿੱਚ ਤੇਰਾ ਵਾਸਾ। ਸੋ ਇਉਂ ਦਸ ਮਹੀਨੇ ਗੁਜ਼ਾਰਿਆ, ਉੱਥੇ ਸਵਾਸ ਸਵਾਸ ਭਜਨ ਕਰਦਾ ਸੀ, ਜਠਰਾਗਨ ਸਾੜਦੀ ਸੀ, ਜਿਸ ਕਰਕੇ ਸਵਾਸ ਸਵਾਸ ਭਜਨ ਔਰ ਪ੍ਰਾਰਥਨਾ ਕਰਦੇ ਸੀ, ਪ੍ਰਭੂ ਹੇ ਅੰਤਰਜਾਮੀ, ਹੇ ਪਤਿਤ ਪਾਵਨ, ਹੇ ਮਿਹਰਬਾਨ, ਮਿਹਰ ਕਰ, ਮੈਨੂੰ ਇੱਥੋਂ ਬਚਾ, ਇਸ ਤੋਂ ਵੀ ਨਰਕ 'ਚੋਂ ਕੱਢ, ਦੁਨੀਆਂ 'ਤੇ ਜਾ ਕੇ ਮੈਂ ਤੇਰਾ ਸਦਾ ਭਜਨ ਕਰੂੰ, ਇਉਂ ਤੇਰੀਆਂ ਪ੍ਰਾਰਥਨਾ ਸਨ। ਜੀ ਮੈਂ ਨਾਮ ਜਪੂੰਗਾ ਤੇਰਾ, ਸਿਮਰਨ ਕਰਦਾ ਹੁੰਦਾ ਹੈ, ਇਉਂ ਪ੍ਰਾਰਥਨਾ ਕਰਦਾ, ਇਹ ਕੁੰਭੀ ਨਰਚੋ ਮੈਨੂੰ ਕੱਢ, ਦੁਨੀਆਂ 'ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰਾਂਗਾ। ਪਰ ਵਾਹਿਗੁਰੂ ਕਹਿੰਦਾ, ਇਹ ਦੁੱਖ ਵਿੱਚ ਤੂੰ ਜ਼ਰੂਰ ਇਉਂ ਕਹਿੰਦਾ ਅੱਠੇ ਪੈਰ ਭਜਨ ਕਰਾਂਗਾ। ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ, ਗ੍ਰਸ ਵਿੱਚ ਰਹਿੰਦਾ ਹੋਇਆ ਭਾਵੇਂ ਕੋਈ ਵੀ ਕੰਮ ਕਰੀ, ਖੇਤੀ ਪੁੱਤੀ, ਨੌਕਰੀ ਚਾਕਰੀ, ਵਣ ਵਪਾਰ, ਲੇਕਿਨ ਨਿਯਤੀ ਦਾ ਕਰੀ, ਇਉਂ ਕਰਦਾ ਹੋਇਆ ਚੌਵੀਆਂ ਘੰਟਿਆਂ ਵਿੱਚੋਂ ਦਸਵਾਂ ਹਿੱਸਾ, ਕਮ ਸੇ ਕਮ ਢਾਈ ਘੰਟੇ ਜ਼ਰੂਰ ਭਜਨ ਕਰਿਆ ਕਰੀ। ਆਪਣੀ ਕਿਰਤ ਵਿੱਚੋਂ ਦਸਵੰਤ ਜ਼ਰੂਰ ਧਰਮ ਦੇ ਕੰਮਾਂ 'ਤੇ ਲਗਾਉਂਦਾ ਰਹੀ। ਇਉਂ ਬੁਰਾਈਆਂ ਤੋਂ ਬਚੀ, ਇਉਂ ਕਰੇਗਾ ਫਿਰ ਇਸ਼ਕੂੰ ਵੀ ਨਰਕ 'ਚ ਨਹੀਂ ਆਵੇਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੇਰਾ ਮਨ ਸ਼ੁੱਧ ਹੋ ਗਿਆ, ਸ਼ੁੱਧ ਹੋ ਕੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਜਾਂ ਵੈਰਾਗ ਪ੍ਰਾਪਤ ਹੋ ਗਿਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ,
ਜਦੋਂ ਇਹੋ ਜਿਹਾ ਵਿਵੇਕ ਪੈਦਾ ਹੋ ਗਿਆ ਤੇਰੇ ਚਿੱਤ ਵਿੱਚ, ਪਰਮੇਸ਼ੁਰ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਫਨਾ ਫਿਰਲਾ, ਵਿਵੇਕੀ ਪੁਰਸ਼ ਦੇ ਚਿੱਤ ਵਿੱਚ ਇਹੋ ਜਿਹੀ ਅਵਸਥਾ ਹੁੰਦੀ ਹੈ, ਫਿਰ ਤੂੰ ਅੱਠੇ ਪੈਰ ਮੇਰਾ ਭਜਨ ਕਰੀ, ਤੇਰੇ ਸਰੀਰ ਦੀਆਂ ਬਿਮਾਰੀਆਂ ਕੁੱਲੀ ਜੁੱਲੀ ਗੁੱਲੀ ਆਦਿ ਅਨਬਸਰ ਸਥਾਨ ਆਦਿ ਉਹਦਾ ਜੁਮਾ ਮੈਂ ਲੈ ਲਵਾਂਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੂੰ ਆਪਣੀ ਹੋਂਗ ਵਾ ਦੇਵੇਂਗਾ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਜੀਵ ਅਤੇ ਰੱਬ ਦੇ ਵਿਚਾਲੇ ਪੜਦਾ ਹਉਮੈ ਦਾ, ਇਹੀ ਬੜੀ ਭਾਰੀ ਕੰਧ ਹੈ। ਨਾਮ ਅਭਿਆਸ ਦੀ ਕਮਾਈ ਨਾਲ ਇਹ ਦੂਰ ਹੁੰਦੀ ਹੈ, ਹੋਰ ਕੋਈ ਉਪਾਅ ਨਹੀਂ ਹੈ। ਜਦੋਂ ਹੀ ਉਹ ਨਾਮ ਅਭਿਆਸ ਦੀ ਕਮਾਈ ਕਰਦੇ ਕਰਦੇ ਆਪਣੇ ਸੁਭਾਵਾਂ ਨੂੰ ਸੰਵਾਰ ਲਏਗਾ, ਆਪ ਸਵਾਰੇ ਮੈਂ ਮਿਲੇ, ਆਪਣੇ ਸੁਭਾਵਾਂ ਨੂੰ ਸੰਵਾਰ ਲਏਗਾ, ਇਹਨੂੰ ਬੁਰੇ ਸੁਭਾਵ ਕੱਢ ਕੇ ਚੰਗੇ ਸੁਭਾਅ ਅੰਦਰ ਲਿਆਏਗਾ। ਫਿਰ ਨਾਮ ਅਭਿਆਸ ਦੀ ਕਮਾਈ ਕਰਕੇ ਹਉਮੈ ਦੀ ਕੰਧ ਨੂੰ ਦੂਰ ਕਰ ਦਿੱਤਾ ਤਾਂ ਮੈਂ ਮਿਲੇ ਮੈਨੂੰ ਮਿਲ ਜਾਏਗਾ, ਮੈਂ ਮਿਲਿਆ ਸੁੱਖ ਹੋਏ, ਮੈਨੂੰ ਮਿਲੇ ਤਾਂ ਸੁਖੀ ਹੋ ਜਾਏ, ਕਿਉਂਕਿ ਵਾਹਿਗੁਰੂ ਆਨੰਦ ਸਰੂਪ ਹੈ, ਉਸਨੂੰ ਮਿਲ ਕੇ ਇਹ ਵੀ ਆਨੰਦ ਸਰੂਪ ਹੋ ਜਾਏਗਾ। ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਇਉਂ ਜੇ ਤੂੰ ਐਸਾ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ, ਮੇਰਾ ਹੋ ਜਾਵੇਗਾ, ਤਾਂ ਸਭ ਜਗ ਹੀ ਤੇਰਾ ਹੋ ਜਾਏਗਾ। ਕਿਉਂ? ਮੇਰਾ ਮੇਰੇ ਵਿੱਚ ਭੇਦ ਹੋ ਕੇ ਤਦਰੂਪ ਹੋ ਜਾਏਗਾ, ਇਉਂ ਸਮਝੋ ਮੇਰਾ ਲਾਡਲਾ ਪੁੱਤਰ ਬਣ ਜਾਏਗਾ। ਇਹ ਤਿੰਨ ਗੱਲਾਂ ਦੱਸੀਆਂ, ਢਾਈ ਘੰਟੇ ਵਜਨ, ਅੱਠੇ ਪੈਰ, ਇਹ ਆਪਣੀ ਹੋਂਗ ਵਾ ਦੇਣੀ। ਹੁਣ ਜ਼ਰਾ ਸਾਰੇ ਹੀ ਆਪਣੇ ਅੰਦਰ ਝਾਤੀਆਂ ਮਾਰ ਕੇ ਵੇਖੋ ਕਿ ਅਸੀਂ ਆਪਣੀ ਹੋਂਗ ਵਾ ਦਿੱਤੀ ਹੋਈ ਹੈ, ਜਾਂ ਅੱਠੇ ਪੈਰ ਭਜਨ ਕਰਨ ਵਾਲਿਆਂ ਵਿੱਚੋਂ ਹਾਂ, ਜਾਂ ਢਾਈ ਘੰਟੇ ਭਜਨ ਕਰਦੇ ਹਾਂ, ਤਿਉਂ ਵਿੱਚੋਂ ਅਸੀਂ ਕਿਹਨਾਂ ਵਿੱਚ ਹਾਂ? ਅਗਰ ਕੁਛ ਵੀ ਨਹੀਂ ਕਰਦੇ, ਜ਼ਰਾ ਉਹਨਾਂ ਵਹਿਦਿਆਂ ਨੂੰ ਯਾਦ ਕਰੋ, ਜਦੋਂ ਮਾਤਾ ਦੇ ਉਦਰ ਦੇ ਵਿੱਚ ਪੁੱਠਾ ਲਟਕਦਾ ਹੋਇਆ ਇਉਂ ਵਹਿਦੇ ਕਰਦਾ ਸੀ। ਜਦੋਂ ਪੁੱਠਾ ਲਮਕਦਾ ਸੈਂ ਉਹ ਦਿਨ ਗਏ ਨਹੀਂ ਉਹ ਦਿਨ
ਕੈਸੇ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਮਾਤਾ ਉਧਰ ਰਹਿਤਾ ਸੋ ਦਿਨ ਕੈਸੇ ਫੂਲਿਆ। ਹੁਣ ਫੁੱਲਿਆ ਫਿਰਦਾ, ਮੈਂ ਲੈਂਡਲੋਰਡ ਬਣ ਗਿਆ, ਮੈਂ ਮੈਜਿਸਟਰੇਟ ਬਣ ਗਿਆ, ਡਿਪਟੀ ਕਮਿਸ਼ਨਰ ਬਣ ਗਿਆ, ਜੱਜ ਬਣ ਗਿਆ, ਮਿਨਿਸਟਰ ਬਣ ਗਿਆ, ਹੋਰ ਕੁਛ ਧਿਆਨ ਦੇ ਕਿਹੋ ਜਿਹੇ ਗੰਦੇ ਪਾਣੀ ਨੂੰ ਤੇਰੀ ਬਨਾਵਟ, ਕਿਹੋ ਜਿਹੇ ਗੰਦ ਮੰਦ ਵਿੱਚ ਤੇਰਾ ਨੌ ਦਸ ਮਹੀਨੇ ਵਸ। ਉੱਥੇ ਉਹ ਪ੍ਰਾਰਥਨਾ ਕਰਨੀ, ਵਾਅਦੇ ਕਰਨੇ ਪਰਮੇਸ਼ਰ ਨਾਲ, ਮੈਂ ਅੱਠੇ ਪੈਰ ਪਹੁੰਚੇ। ਤਿੰਨ ਗੱਲਾਂ ਦੱਸੀਆਂ ਵੀ ਤਿਉਂ ਵਿੱਚੋਂ ਕਮ ਸੇ ਕਮ ਇੱਕ 'ਤੇ ਜ਼ਰੂਰ ਅਮਲ ਕਰੀ, ਪਰ ਇੱਕ 'ਤੇ ਵੀ ਅਮਲ ਨਹੀਂ ਕਰ ਰਿਹਾ ਤਾਂ ਫਿਰ ਉਹੀ ਜੇਲ੍ਹਖਾਨਾ, ਉਹੀ ਕੁੰਭੀ ਨਰਕ, ਗੰਦਮੰਦ ਦਾ ਜੇਲ੍ਹਖਾਨਾ ਤਿਆਰ ਹੈ।